ਇਸੇ ਕਰਕੇ ਤੇਰੀ ਕਿਰਪਾ ਰੁਕੀ ਹੋਈ ਆ। ਸਤਿ ਸ਼੍ਰੀ ਅਕਾਲ, ਬੱਬੀ ਟਵਾਲ, ਹਾਜ਼ਰ ਰਹੋ, ਮੁਸਕਰਾਉਂਦੇ ਰਹੋ, ਸਾਈਕਲ ਚਲਾਉਂਦੇ ਰਹੋ। ਨਵਾਂ ਦਿਨ, ਨਵੀਂ ਸ਼ੁਰੂਆਤ। ਅੱਜ ਹੈਗਾ ਬਾਬੇ ਨਾਨਕ ਦਾ ਵਿਆਹ ਅਤੇ ਅਸੀਂ ਚੱਲੇ ਹਾਂ ਗੁਰਦੁਆਰਾ ਗਊਘਾਟ ਸਾਹਿਬ ਅਤੇ ਪਹਿਲੀ ਪਾਤਸ਼ਾਹ ਨਾਲ ਸੰਬੰਧਿਤ ਆ। ਬਾਕੀ ਸਾਰਿਆਂ ਨੂੰ ਵਧਾਈਆਂ ਬਾਬਾ ਜੀ ਦੇ ਵਿਆਹ ਦੀਆਂ ਅਤੇ ਅਗਲੇ ਝਾਕੇ ਮੱਕੇ ਤੁਹਾਨੂੰ ਨਾਲ ਨਾਲ ਦਿਖਾਈ ਜਾਂਦੇ ਹਾਂ। ਆਹ ਕੋਈ ਸਰਲਤਾ ਦੀ ਨਾਲ ਤਿਆਰ ਹੋ ਗਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਬਾਬਾ ਨਾਨਕ ਜੀ ਦੇ ਵਿਆਹ ਦੇ। ਚਲੋ ਘੰਟਾ ਘਰ ਕੋਲ, ਘੰਟਾ ਘਰ ਤੋਂ ਹੁਣ ਥੱਲੇ ਨੂੰ ਰਸਤਾ ਜਾਊਗਾ ਗਊਸ਼ਾਲਾ ਰੋਡ। ਇੰਡੀਆ ਦਾ ਫਲੈਗ ਝੂਲਦਾ ਹੈ। ਆ ਜਿਹੜੇ ਰਸਤਿਆਂ 'ਚੋਂ ਆਪਾਂ ਹੁਣ ਨਿਕਲ ਗਏ ਹਾਂ ਨਾ, ਦਿਨੇ ਆ ਰਸਤਿਆਂ 'ਤੇ ਪੈਰ ਧਰਨ ਨੂੰ ਜਗ੍ਹਾ ਨਹੀਂ ਹੁੰਦੀ ਕਈ। ਲਓ ਜੀ ਪਹੁੰਚ ਗਏ। ਡੈਕੋਰੇਸ਼ਨ ਪੂਰੀ ਵਧੀਆ। ਬਾਬਾ ਜੀ ਦੇ ਵਿਆਹ ਕਰਕੇ ਪੂਰੀ ਡੈਕੋਰੇਸ਼ਨ, ਕੜਾ ਪ੍ਰਸ਼ਾਦ ਦੀ ਪਰਚੀ ਆਪਾਂ ਕਟਾ ਲਈ ਆ। ਉਹ ਦਰਬਾਰ ਸਾਹਿਬ ਅਰਦਾਸ ਹੋ ਰਹੀ ਹੈ। Thank you.
ਦੁਰਮਤ ਰੀਤਾ ਕਿਹਦੇ ਪੁੱਤਰ ਸੱਕਾ ਦੇ ਘਰ ਜਾਣ ਲਿਆ ਅੱਜ ਆਪਾਂ ਮਤਲਬ ਹੋ ਗਏ ਤੁਸੀਂ ਪਿੱਛੇ ਦੇਖੋ ਭੱਜ ਰਹੇ ਹੋ ਨਹੀਂ ਨਹੀਂ ਨੇੜੇ ਖੜੇ ਇੱਕ ਬੇਨਤੀ ਸਮਝ ਲਓ ਪਹਿਲਾਂ ਤੁਸੀਂ ਤਾਂ ਹੈਗੇ ਹੀ ਹੋ ਤੇ ਤੁਸੀਂ ਕੀ ਕਰਦੇ ਹੋ ਤੁਸੀਂ ਪਹਿਲਾਂ ਅੰਮ੍ਰਿਤ ਨੀ ਛਕੂਗਾ ਜਵਾਰਾ ਹੀ ਛੱਡੂਗਾ ਕਿ ਦਾੜੀ ਕੇ ਨਾਮਾ ਨਹੀਂ ਰੰਗਾਂਗੇ ਨਾ ਕਿਸਾਂਗੇ ਬੋਲੋ ਪੰਜ ਪਿਆਰੇ ਤੁਸੀਂ ਪੰਜ ਖੜੇ ਹੋ ਛੇਵਾਂ ਦੱਸ ਖੜਾ ਤੇ ਗੁਰੂ ਵੱਲੋਂ ਹੀ ਹੁਕਮ ਆ ਜੇ ਕਹੋ ਦਾ ਜਗਾਰਾ ਬੁਲਾਦਾ ਜਕਾਇਰੇ ਦੀ ਮੁੱਲ ਸਮਝਿਓ ਜੇ ਤਾਂ ਮਨ ਮੰਨਿਆ ਤਾਂ ਗੱਲ ਕਰਿਓ ਨਹੀਂ ਮੈਂ ਜਗਾਰਾ ਨਹੀਂ ਬੋਲੋ ਹੁਣ ਮੈਂ ਕੋਸ਼ਿਸ਼ ਕਰੂੰਗਾ ਬਾਬਾ ਜੀ ਤੁਸੀਂ ਪੁੱਛੋ ਤੁਸੀਂ ਜੀ ਮੈਂ ਵੀ ਕੋਸ਼ਿਸ਼ ਹੀ ਕਰੂੰਗਾ ਤੁਸੀਂ ਜੀ ਰੱਖੋਗਾ ਤੁਸੀਂ ਜੀ ਦੋਵਾਂ ਦਾ ਛੱਡਾ ਜਗਾਰਾ ਬੋਲੇ ਸੋਨਹਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਛਕਿਆ ਵਾਹ ਸਾਨੂੰ ਪਰ ਲੈ ਗਏ ਵਾਹਿਗੁਰੂ ਤੋਂ ਲੇਮ ਕਰਦੇ ਪੰਜਾਂ ਬਾਣੀਆਂ ਦੇ ਸੀਗੇ ਦੋ ਦਾ ਸ਼ਾਮ ਇੱਥੇ ਇਤਿਹਾਸ ਹੈ ਨਾ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜਦੋਂ ਵੱਡਾ ਦਰਿਆ ਇੱਥੇ ਚੱਲਦਾ ਸੀ ਨਾ ਇਹਨੂੰ ਅੱਜ ਵੱਡਾ ਦਰਿਆ ਕਿਉਂ ਕਹਿੰਦੇ ਆ ਇਹ ਮਹਾਰਾਜ ਦੇ ਬੱਚੇ ਨੂੰ ਹੋਏ ਨੇ ਯਾਰ ਇੱਥੇ ਸ਼ਹਿਰ 'ਚ ਆ ਕੇ ਸੰਗਤਾਂ ਨੂੰ ਤੰਗ ਕਰਦਾ ਜਿੱਥੇ ਬੁੱਢਾ ਹੋ ਕੇ ਚੱਲ ਤੂੰ ਉੱਧਰਲੇ ਪਾਸੇ ਚੱਲ ਇਹ ਮਤਲਬ ਇਹ ਬੁੱਢਾ ਇੱਥੇ ਲੈ ਕੇ ਉਹ ਬਹੁਤ ਦੂਰ ਤੱਕ ਹੈ ਕਲਾ ਦਾ ਜਦੋਂ ਪਾਣੀ ਚੱਲਦਾ ਸੀਗਾ ਠੀਕ ਹੈ ਜੀ ਫਿਰ ਮਹਾਰਾਜ ਇੱਥੇ ਚਰਨ ਪੈ ਕੇ ਫਿਰ ਇਤਿਹਾਸ ਗੁਰਦੁਆਰਾ ਬਣ ਗਿਆ ਇੱਥੇ ਇਹ ਪਹਿਲੇ ਗੁਰਦੁਆਰਾ ਇੱਥੇ ਲੁਧਿਆਣੇ ਦੇ ਵਿੱਚ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪੈ ਕੇ ਇੱਕ ਪਵਿੱਤਰ ਸ਼ੋਅ ਇਹਨਾਂ ਦਾ ਪਰਬ ਪੈ ਕੇ ਅਤੇ ਇੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਇਆ ਉੱਥੇ ਹੀ ਸਮਝ ਲਓ ਗੁਰੂ ਨਾਨਕ ਦੇ ਚਰਨ ਨੇ ਠੀਕ ਹੈ ਨਾ ਜੀ ਲੇਕਿਨ ਇਹ ਇੱਕ ਆਪਣੇ ਸਮਝ ਲਓ ਵੀ ਜਿਵੇਂ ਦੁਖਨਾਥ ਸਾਹਿਬ ਨੇ ਅਤੇ ਉਹ ਗੁਰੂ ਤੇਗ ਬਹਾਦਰ ਜੀ ਦੇ ਨਾਂ ਉੱਤੇ ਬਣਿਆ ਹੋਇਆ ਠੀਕ ਹੈ ਨਾ ਇੱਥੇ ਪਾਲੀ ਜੀ ਪ੍ਰਧਾਨ ਨੇ ਅਤੇ ਸੇਵਾਦਾਰ ਨੇ ਠੀਕ ਹੈ ਨਾ ਅਤੇ ਉੱਥੇ ਵੀ ਸੰਗਤ ਬਹੁਤ ਜਾਂਦੀ ਹੈ ਔਰ ਇੱਥੇ ਵੀ ਆ ਹੁਣ 4-5 ਦਿਨ ਤੋਂ ਇੱਥੇ ਗੁਰੂ ਨਾਨਕ ਦਾ ਵਿਆਹ ਪੁਰਬ ਆ ਜਿਹੜੀ ਕਿ 10 ਤਰੀਕ ਅੱਜ ਹੈਗਾ ਅੱਜ ਬੜੇ ਕੀਰਤਨ ਦਰਬਾਰ ਅਤੇ ਲੰਗਰ ਸੇਵਾ ਸੇਵਨ ਚੱਲਣਾ ਹੈ ਅਤੇ ਤੁਸੀਂ ਵੀ ਦਰਸ਼ਨ ਦੇ ਕੇ ਆਪਣੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਛਾ ਪੁੱਛ ਦੇ ਮਾਫੀ ਲਓ ਜੀ ਆਹ ਉਹ ਰਸਤੇ ਆ ਜਿੱਥੇ ਦਿਨੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਕਿੱਥੇ ਬਟਾਲੇ ਬਸ ਜਿੱਦਾਂ ਕੰਡ ਕੰਡ ਤੱਕ
ਇਹ ਆਪਾਂ ਨਿਕਲ ਰਹੇ ਹਾਂ ਜੀ ਚਾਵਲ ਬਾਜ਼ਾਰ ਚੋਂ। ਹਿੰਦੀ 'ਚ ਚਾਵਲ ਬਾਜ਼ਾਰ, ਪੰਜਾਬੀ 'ਚ ਚੌਲ ਬਾਜ਼ਾਰ। ਉਹ ਜੀ ਅਸੀਂ ਜਾ ਰਹੇ ਹਾਂ ਸੁਖਦੇਵ ਥਾਪਰ ਜੀ ਦੇ ਘਰ ਨੂੰ, ਵੇਟਗੰਜ ਏਰੀਆ, ਗਲੀਆਂ ਵਿੱਚ ਵੀ ਰਸਤਾ ਹੈ ਜੀ, ਕੁਛ ਇੱਦਾਂ ਝਾਕੇ ਮੱਕੇ ਆ ਵੇਟਗੰਜ ਏਰੀਏ ਮੰਦਰ। ਅਸੀਂ ਪਹੁੰਚ ਚੁੱਕੇ ਹਾਂ ਉਹਨਾਂ ਦੇ ਘਰੇ, ਅੱਜ ਦਾ ਇਕੱਠ ਆ ਜੀ ਆਹ ਆਪਣਾ ਵੀਰਾ, ਇਹ ਕਹਿੰਦਾ ਸਾਈਕਲ ਭਾਰਾ ਹੋ ਗਿਆ ਮੇਰਾ ਚੜ੍ਹਾਈ 'ਤੇ ਜਾਂਦੇ ਆ, ਇਹਦੇ ਨਾਲ ਵੀ ਕਰਦੇ ਹਾਂ ਗੱਲ। ਲੱਗਿਆ ਹੈ ਅਸੀਂ ਕੁਛ ਜ਼ਿਆਦਾ ਜਲਦੀ ਆ ਗਏ, ਟਾਈਮ ਹੀ ਨਹੀਂ ਨਾ ਹੈਗੀ ਬਾਈ ਸਾਹਿਬ। ਇਹ ਹੈਗਾ ਜੀ ਸ਼ਹੀਦ ਸੁਖਦੇਵ ਸਿੰਘ ਥਾਪਰ ਜੀ ਦਾ ਘਰ, ਇਹਦੀ ਟਾਈਮਿੰਗ ਹੈਗੀ ਹੈ 9:30 ਤੋਂ ਬਾਅਦ, ਅਸੀਂ ਥੋੜ੍ਹਾ ਜਲਦੀ ਆ ਗਏ। ਗੁਰਦੁਆਰਾ ਸਾਹਿਬ ਤੋਂ ਨੇੜੇ ਹੀ ਸੀਗਾ 1 ਕਿਲੋਮੀਟਰ, ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਇੱਥੇ ਵੀ ਦਰਸ਼ਨ ਕਰ ਚੱਲੀਏ। ਗੇਟ ਲਾਇਆ ਹੋਇਆ ਪਰ ਕੋਈ ਗਾਰਡ ਗੂਰਡ ਕੋਈ ਨਹੀਂ ਹੈਗਾ, ਬਸ ਇੰਨਾ ਕਿ ਏਰੀਆ ਖੁੱਲ੍ਹਾ ਆ ਬਸ, ਬਾਕੀ ਸਾਰੀਆਂ ਗਲੀਆਂ ਭੀੜੀਆਂ ਭੀੜੀਆਂ ਨੇ। ਲਓ ਕਰੋ ਦਰਸ਼ਨ, ਕੂਲਰ ਲੱਗਿਆ ਹੋਇਆ। ਲਓ ਜੀ ਸਵੇਰੇ ਸਵੇਰੇ ਪੂਰੀ ਗਰਮੀ ਸੀਗੀ, ਆ ਹੁਣ ਹਵਾ ਚੱਲੀ ਬੱਦਲਵਾਈ ਹੋ ਗਈ ਆ, ਹਵਾ ਪੂਰੀ ਘੈਂਟ ਚੱਲ ਰਹੀ ਹੈ ਹੁਣ ਇਸ ਟਾਈਮ, ਸਾਲੇ ਵਿਆਹ ਹੋਣ ਦੀ ਖੁਸ਼ੀ ਆ ਵੀ ਕਿਰਪਾ ਹੋ ਗਈ ਹੈ। ਆ ਗੁੜ ਮੰਡੀ ਇੱਧਰਲੇ ਬਸ ਸਰਾਫਾ ਬਾਜ਼ਾਰ ਸਾਰਾ ਚੌੜੇ ਬਾਜ਼ਾਰ 'ਚ, ਚੌੜੇ ਬਾਜ਼ਾਰ 'ਚ ਘੁੰਮ ਰਹੇ ਹਾਂ ਆਪਾਂ ਇਸ ਟਾਈਮ ਤਾਂ ਵਾਕਈ ਚੌੜਾ ਲੱਗ ਰਿਹਾ। ਅੱਗੇ ਹਾਂਜੀ ਸਿਮਰਨ ਵੀਰੇ ਕਿੱਦਾਂ, ਠੀਕ ਹੈ?
ਸਾਈਕਲ ਦਾ ਨਹੀਂ ਭਾਰਾ ਹੋਇਆ? ਨਾ ਨਾ ਭਾਜੀ, ਹਲਕਾ ਚੱਲਦਾ ਪਿਆ, ਮੌਸਮ ਠੰਡਾ ਹੋ ਗਿਆ। ਮੌਸਮ ਠੰਡਾ ਹੋ ਗਿਆ, ਬਹੁਤ ਖੁਸ਼ੀ ਆ। ਚਲੋ ਵਧੀਆ ਵਧੀਆ, ਖੁਸ਼ੀ ਹੋ ਚਾਹੀਦੀ ਆ। ਇਹ ਸੀਗਾ ਜੀ ਅੱਜ ਦਾ ਵਲੌਗ, ਬਾਬੇ ਨਾਨਕ ਦੇ ਵਿਆਹ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਅਤੇ ਆਹ ਸੰਗਤ ਸਾਡੇ ਨਾਲ ਅੱਜ ਦਰਸ਼ਨ ਮੇਲੇ ਕੀਤੇ ਆ, ਪਹਿਲੀ ਵਾਰ ਆਇਆ ਸੀਗਾ ਮੈਂ। ਆਹ ਬੰਦਾ ਕਾਫੀ ਇਹੀ ਖਿੱਚ ਕੇ ਲਿਆਇਆ ਸਾਨੂੰ ਅੱਜ। ਬਾਬਾ ਜੀ ਨੇ ਕਿਰਪਾ ਕੀਤੀ, ਬੀਬੀ ਤੂੰ ਦਾੜੀ ਰੱਖ ਲਾ, ਅਮਰਤ ਛਕ ਲਾ, ਤੇ ਫਿਰ ਤੇਰਾ ਵਿਆਹ ਹੋ ਜਾਊਗਾ। ਉਹਨਾਂ ਨੇ ਕਿਹਾ ਵੀ ਜਦੋਂ ਤੂੰ ਸੰਕਲਪ ਲੈ ਲਿਆ ਵੀ ਤੂੰ ਰੱਖਣੀ ਆ, ਉਦਣ ਹੀ ਤੇਰਾ ਵਿਆਹ ਹੋ ਜਾਣਾ, ਮਹੀਨੇ ਤੱਕ ਹੀ ਤੇਰਾ ਵਿਆਹ ਹੋ ਜਾਣਾ। ਹੁਣ ਬਸ ਇਹਦੇ ਤੇ ਡਿਪੈਂਡ ਕਰਦਾ ਇਹ ਕਿਰਪਾ ਕਦੋਂ ਲੈਂਦਾ, ਉਹ ਵਾਲਾ ਮਹੀਨਾ ਕਦੋਂ ਸ਼ੁਰੂ ਕਰਦਾ। ਤੋਂ ਸ਼ੁਰੂ ਹੀ ਆ ਹੁਣ, ਮਤਲਬ ਚਲੋ ਹੋ ਪਾਜੀ ਦਾ ਵਲੌਗ ਸਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ। ਅੱਜ ਅਸੀਂ ਜਿਹੜੀ ਗਲੀਆਂ ਚੋਂ ਲੰਘੇ ਆ ਉਹ ਗਲੀਆਂ ਇਹਦੇ ਨੇ ਪੈਰ ਨਹੀਂ ਰੱਖਿਆ ਜਾਂਦਾ, ਅਸੀਂ ਖੁੱਲੇ ਡੁੱਲੇ ਆਏ, ਖੁੱਲੇ ਡੁੱਲੇ ਆਏ, ਤੋਰ ਨਾਲ ਆਇਆ ਨਾਲ ਸਹੀ ਚੋੜੇ ਹੋ ਗਏ। ਚਲੋ ਅੱਜ ਦੇ ਵਲੌਗ ਦਾ ਅੰਤ ਅਸੀਂ ਫਤਿਹ ਬੁਲਾ ਕੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।